ਜਿਹੜਾ ਕੋਈ ਸਾਡੇ ਪਿੰਡ ਕੱਲ੍ਹ ਵਾਰਦਾਤ ਹੋਈ ਹੈ, ਵੈਸੇ ਹੋਈ ਬਹੁਤ ਮਾੜੀ ਹੈ, ਆਪਾਂ ਇਹਨੂੰ ਚੰਗੀ ਨਹੀਂ ਕਹਿੰਦੇ, ਪਰ ਘਰ ਦਾ ਜਿਹੜਾ ਮਾਹੌਲ ਹੁੰਦਾ ਜਦੋਂ ਖਰਾਬ ਹੋ ਜਾਂਦਾ, ਫਿਰ ਜਿਹੜਾ ਘਰ ਦਾ ਜ਼ਿੰਮੇਵਾਰ ਹੁੰਦਾ ਉਹ ਇੱਕਾ ਇਹ ਕਦਮ ਚੱਕਦਾ, ਕਿਸੇ ਦਾ ਜੀਅ ਨਹੀਂ ਕਰਦਾ। ਛੋਟੇ ਛੋਟੇ ਜਵਾਕ ਨੇ ਉਹਦੇ ਵਿਚਾਰੇ ਦੇ, ਉਹਦੇ ਕੋਈ ਸਿਰ ਉੱਤੋਂ ਹੀ ਪਾਣੀ ਟੱਪ ਗਿਆ, ਉਹਨੇ ਇਹ ਕੰਮ ਤਾਂ ਕੀਤਾ। ਮਤਲਬ ਜਿਹੜਾ ਦੂਜੀ ਗੱਲ ਹੈ ਵੀ ਉਹ ਦੂਜੇ ਪਰਿਵਾਰ ਦਾ ਨੌਤਰ ਹੈ, ਉਹਦੇ ਭਰਾ ਦਾ, ਤਾਰ ਦਾ, ਉਹਦੀ ਮਾਂ ਜਲ ਕੌਰ, ਹੋਰ ਨਾਲ ਕੋਈ ਕੁੜੀ ਹੈ, ਭੈਣ ਹੈ, ਉਹ ਸਾਰਾਸਰ ਗਲਤ ਹੈ, ਨੌਂ ਧਰਨਾ ਗਲਤ ਹੈ। ਕਿਉਂ? ਬਹੁਤ ਚਿਰ ਦੇ ਉਹ ਅੱਡ ਵਿੱਢ ਨੇ, ਪਹਿਲਾਂ ਉਹਦੇ ਕੋਲ ਹੀ ਰਹਿੰਦੇ ਸੀ, ਉੱਥੇ ਉਹ ਜਿੱਥੇ ਮਤਲਬ ਘਰ ਹੈ ਉਹਨਾਂ ਜਲੋ ਕਾ, ਉੱਥੋਂ ਸਮਾਂ ਇਹ ਕੁੜੀ ਨੇ ਬਕਿਆ ਕੇ ਇੱਥੇ ਘਰ ਦਵਾਇਆ। ਵੀਰਪਾਲ ਕੌਰ ਕਹਿੰਦੇ ਨੇ, ਮਤਲਬ ਮੈਨੂੰ ਬਿੱਕਰ ਸਿੰਘ ਹੈ, ਬੰਤਾ ਸਿੰਘ ਦਾ ਮੁੰਡੇ ਸੀ ਇਹ, ਮਤਲਬ ਪਰਿਵਾਰ ਉਹ ਬੰਤਾ ਸਿੰਘ ਦੀ ਡੈਥ ਹੋਈ ਹੈ, ਇਹਨਾਂ ਦੇ ਜਿਹੜਾ ਮੁੰਡਾ ਮਾਰਨ ਵਾਲਾ, ਦੋ ਤਾਂ ਬੱਚੇ ਨੇ, ਗੁੜੀਆ ਇੱਕ ਮੁੰਡਾ ਹੈ, ਗੁੜੀਆ ਪਟਿਆਲੇ ਪੜ੍ਹਦੀ ਹੈ, ਮੈਨੂੰ ਲੱਗਦਾ ਛੋਟੀ ਵੀ ਹੋਣੀ ਹੈ, ਹਾਂ, ਅਤੇ ਮੁੰਡਾ ਨਹੀਂ ਮੈਨੂੰ ਪਤਾ ਵੀ ਕਿੱਥੇ ਪੜ੍ਹਦਾ, ਇੱਥੇ ਆਪਣੀ ਸਰਕਾਰੀ ਸਕੂਲ ਪਿੰਡ 'ਚ ਹੈ। ਅਸੀਂ ਮੰਗ ਇਹ ਕਰਦੇ ਹਾਂ, ਚਲੋ ਉਹਨੇ ਤਾਂ ਕਰਿਆ, ਦੇਖੋ ਭੁਗਤੂਗਾ। ਅਸੀਂ ਮੰਗ ਇਹ ਕਰਦੇ ਹਾਂ ਵੀ ਜਿਹੜੇ ਨਜਾਇਜ਼ ਫਸਾਏ ਨਾ, ਮਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ, ਉਹ ਵਿਚਾਰੀ ਲੋਕਾਂ ਦਾ ਗੋਹਾ ਕੂੜਾ ਸਿੱਟ ਕੇ ਘਰਾਂ ਦੇ ਵਿੱਚ ਟਾਈਮ ਪਾਸ ਕਰਦੀ ਹੈ। ਦੂਜਾ ਭਰਾ ਜਿਹੜਾ ਉਹ ਦਿਹਾੜੀ ਦੱਪਾ ਕਰਦਾ, ਉਹਦਾ ਵਿਆਹ ਹੋਇਆ, ਉਹਦੇ ਘਰ ਵਾਲੀ ਟੀ ਵੀ ਦੀ ਬਿਮਾਰ ਪਈ ਹੈ ਘਰੇ, ਉਹ ਵੀ ਵਿਚਾਰੀ ਮਰਨ ਵਾਲੀ ਹੈ। ਇਹ ਕਈ ਸਾਲਾਂ ਤੋਂ ਅੱਡ ਨੇ, ਕੋਈ ਅੱਜ ਦੇ ਅੱਡ ਨੇ, ਅੰਦਰ ਵੀ ਜਦੋਂ ਸੀਗੇ ਉਦੋਂ ਵੀ ਅੱਡ ਸੀਗੇ। ਇਹਦੇ ਨਾਲ ਇਹਨਾਂ ਦਾ ਕੋਈ ਦੇਣਾ ਲੈਣਾ ਨਹੀਂ ਗਾ, ਮਤਲਬ ਇਹ ਨਜਾਇਜ਼ ਹੈ। ਅਸੀਂ ਕਹਿੰਦੇ ਵੀ ਜਿਹਨਾਂ 'ਤੇ ਨਜਾਇਜ਼ ਨਾ ਉਤਰਿਆ, ਨਜਾਇਜ਼ ਪਰਚਾ ਉਹਨਾਂ 'ਤੇ ਕਰਨਾ ਗਲਤ ਹੈ। ਅਸੀਂ ਨਗਰ ਵਾਲੇ ਮਤਲਬ ਮੰਗ ਕਰਦੇ ਹਾਂ ਵੀ ਉਹਨਾਂ ਦੇ ਜਿਹੜਾ ਪਰਚਾ ਉਹ ਰੱਦ ਹੋਵੇ, ਅਤੇ ਜਿਹੜਾ ਦੋਸ਼ੀ ਹੈ ਉਹਨੂੰ ਤਾਂ ਸਜ਼ਾ ਮਿਲਣੀ ਹੈ, ਅਗਾਂਹ ਕੋਰਟ ਨੇ ਸਜ਼ਾ ਦੇਣੀ ਹੈ, ਸਾਡੇ ਕਹਿੰਦੇ ਤਾਂ ਫਾਂਸੀ ਲੱਗ ਜਾਵੇ ਉਹਨੂੰ, ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ। ਮਤਲਬ ਵੀ ਉਹ ਜਿਹੜੇ ਨਜਾਇਜ਼ ਫਸਾਏ ਜਾਂਦੇ ਨੇ, ਜਿਨ੍ਹਾਂ ਨੇ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ, ਐਵੇਂ ਨਾ ਉਤਰਿਆ ਜਾਂਦਾ, ਮਾਂ ਦਾ, ਮੁੰਡੇ ਦੂਜੇ ਭਰਾ ਦਾ, ਕੁੜੀ ਦਾ, ਭੈਣ ਦਾ, ਉਹ ਨਜਾਇਜ਼ ਹੈ। ਸਾਡੀ ਇਹੀ ਮੰਗ ਹੈ ਸਾਰੇ ਨਗਰ ਵੱਲੋਂ। ਵਾਰਦਾਤ ਤਾਂ ਜੀ ਅਸੀਂ ਤਾਂ ਘਰ ਆ ਸਾਡਾ ਦੂਰ, ਸਾਨੂੰ ਮਗਰੋਂ ਪਤਾ ਲੱਗਿਆ ਵੀ ਉਹਨਾਂ ਦਾ ਆਪ 'ਚ ਕੋਈ ਸਵਰਗ ਉਹ ਲਟਕੀ ਦਾ ਗਲਤ ਸੀਗਾ, ਉਹਨੇ ਗੁੱਸੇ 'ਚ ਆ ਕੇ ਮਾਰੀ ਆ। ਜਦੋਂ ਉਹਨੂੰ ਰੋਟੀ ਪਾਣੀ ਨਹੀਂ ਸੀ ਦਿੰਦੀ, ਚੰਗਾ ਸਮਝਦੀ ਨਹੀਂ ਸੀ, ਅੱਕੇ ਨੇ ਇਹ ਹੂਲਾ ਫੱਕਿਆ, ਅਤੇ ਜਿਹੜੇ ਹੋਰ ਨਜਾਇਜ਼ ਨਾਂ ਨੇ ਉਹ ਤਿੰਨੇ ਕੱਢੇ ਜਾਣੇ ਚਾਹੀਦੇ ਨੇ, ਅਤੇ ਉਹ ਤਾਂ ਦੋਸ਼ੀ ਹੈਗੀ ਹੈ, ਉਹਨੂੰ ਸਜ਼ਾ ਜਿਹੀ ਜੀ ਹੈ ਉਹ ਸਰਕਾਰ ਦੇ ਵੀ, ਵੀ ਸਾਡੇ ਵੱਲੋਂ ਤਾਂ ਇਹੀ ਬੇਨਤੀ ਹੈ ਜਿਹੜੇ ਨਜਾਇਜ਼ ਨਾਂ ਨੇ ਉਹ ਕੱਢਣੇ ਚਾਹੀਦੇ ਨੇ। ਪਹਿਲੇ ਇਹ ਮੁੰਡਾ ਰਮਦਾਸ ਸਿੰਘ ਦਾ ਇੱਥੇ ਰਹਿੰਦਾ ਹੈਗਾ, ਇਹਦੇ ਮਾਂ ਪਿਓ ਤਾਂ ਦੂਰ ਰਹਿੰਦੇ ਨੇ, ਪਿਓ ਤਾਂ ਘੁੰਮਰਿਆ ਹੋਇਆ, ਇਹ ਕਿਸੇ ਕੰਮ ਕੁੰਮ 'ਤੇ ਜਾ ਕੇ ਰਾਤ ਨੂੰ ਪਾਣੀ ਪੂਣੀ ਲਾਉਂਦਾ ਸੁਬਾਹ ਆਇਆ ਸੀ, ਕੋਈ ਇਹਨੂੰ ਨਜਾਇਜ਼ ਸੰਬੰਧਾਂ ਦਾ ਸ਼ੱਕ ਪੈ ਗਿਆ, ਉੱਥੇ ਇਹਨਾਂ ਦੀ ਹੱਥੋਂ ਪਾਈ ਹੋ ਗਈ, ਉੱਥੇ ਨੇ ਕਹੀ ਨਾਲ ਆਪਣੇ ਘਰ ਵਾਲੀ ਨੂੰ ਮਾਰ ਦਿੱਤਾ। ਇਹ ਮਾਰਨ ਵੇਲੇ ਸੁਣੀ ਦਾ ਵੀ ਇਕੱਲੇ ਹੀ ਸੀ, ਹੋਰ ਇਹਦੇ ਨਾਲ ਕੋਈ ਨਹੀਂ ਸੀ। ਕੀ ਕਾਰਵਾਈ ਹੋਈ ਪਿੰਡ ਦੇ ਵਿੱਚ ਅਤੇ ਕੀ ਮੰਗ ਕਰਦੇ ਹੋ? ਕਾਰਵਾਈ ਤਾਂ ਜਦੋਂ ਇਹਦੇ ਮਰਨ ਵਾਲੀ ਲੜਕੀ ਦੇ ਪੇਕੇ ਆ ਗਏ, ਉਹਨਾਂ ਨੇ ਇਹਦੀ ਸੱਸ, ਇਹ ਮੁੰਡੇ ਦੀ ਮਾਂ ਦਾ, ਇਹ ਮੁੰਡੇ ਦੇ ਭਰਾ ਦਾ, ਅਤੇ ਮੁੰਡੇ ਦੀ ਭਰਜਾਈ ਦਾ ਥਾਣੇ ਵਾਲੇ ਨੂੰ ਨਾਂ ਲਿਖਿਆ ਤਾ ਵੀ ਇਹ ਵਿੱਚ ਨੇ। ਅਤੇ ਹਾਲਾਂਕਿ ਉਹ ਇਹ ਤੋਂ ਕਿੰਨੀ ਦੂਰ ਰਹਿੰਦੇ ਨੇ, ਅਸੀਂ ਤਾਂ ਪਿੰਡ ਵਾਲੇ ਇਹੀ ਮੰਗ ਕਰਦੇ ਹਾਂ ਵੀ ਉਹਨਾਂ ਦਾ ਇਸ ਕਤਲ ਕੇਸ ਨਾਲ ਕੋਈ ਸੰਬੰਧ ਨਹੀਂ, ਉਹ ਬੰਦੇ ਨਜਾਇਜ਼ ਫਸਾਏ ਜਾ ਰਹੇ ਆ, ਅਸੀਂ ਉਹਨਾਂ ਦੇ ਹੱਕ 'ਚ ਖੜਾਂਗੇ ਸਾਰੇ ਪਿੰਡ ਵਾਲੇ। ਥਾਣੇ ਸਦਰ ਇਤਲਾਹ ਮਿਲੀ ਵੀ ਕੋਟਲੀ ਗੜਾ 'ਚ ਇੱਕ ਔਰਤ ਦਾ ਕਤਲ ਹੋ ਗਿਆ,
ਸਤਿਗੁਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਤੇ ਹੋਰ ਪੁਲਿਸ ਮੁਲਾਜ਼ਮ ਸਾਰੇ ਮੌਕੇ ਤੇ ਗਏ। ਉੱਥੇ ਜਾ ਕੇ ਪਤਾ ਲੱਗਿਆ ਤੁਸੀਂ ਇੱਕ ਮੇਰੀ ਦਾ ਮਰਡਰ ਜਿਹੜਾ ਹੈਗਾ ਹੋ ਗਿਆ। ਉਹਦਾ ਭਰਾ ਹੈਗਾ ਅਮਰੀਕ ਸਿੰਘ ਸਾਹਿਬਪਾਲ ਸਿੰਘ ਪਿੰਡ ਬਖੌਰਾ ਕੋਟ ਜ਼ਿਲ੍ਹਾ ਸਰਹੰਦ ਤੋਂ। ਉਹਨਾਂ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਜਿਹੜਾ ਬੈਗੋਈ ਸੀ ਮ੍ਰਿਤਕਾ ਦਾ ਪਤੀ ਪਿੱਕਰ ਸਿੰਘ, ਉਹ ਸ਼ੁਰੂ ਤੋਂ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀਗਾ। ਸ਼ੱਕੀ ਆਦਮੀ ਸੀ, ਉਹਦੇ ਬਾਰੇ ਝੂਠੀਆਂ ਤੋਹਮਤਾਂ ਲਾਉਂਦਾ ਰਹਿੰਦਾ ਸੀ ਪਹਿਲਾਂ ਤੇ ਲੜਾਈ ਝਗੜਾ ਸ਼ੁਰੂ ਕਰਦਾ ਸੀ। ਕੱਲ੍ਹ ਉਹਨੇ ਤਾਂ ਬਹੀ ਮਾਰ ਕੇ ਕਤਲ ਕਰਤਾ। ਉਹਨਾਂ ਦੇ ਬਿਆਨ ਤੇ 104/103 PNS ਜਿਹੜਾ ਹੈਗਾ ਮੁਕੱਦਮਾ ਦਰਜ ਕਰ ਲਿਆ ਗਿਆ, ਤਫਤੀਸ਼ ਜਾਰੀ ਹੈ। ਸਰ ਕੀ ਮੇਨ ਗੱਲਬਾਤ ਕੀ ਸਾਹਮਣੇ ਆਈ ਹੈ, ਕੀ ਕਿੰਨੇ ਵਿਅਕਤੀਆਂ ਦੇ ਜਿਹੜਾ ਪਰਚਾ ਦਰਜ ਹੋਇਆ? ਜਿਹੜਾ ਮੁਕੱਦਮਾ ਹੈਗਾ ਉਹਦੇ 3 ਬੰਦਿਆਂ ਨਾਲ ਹੈ। ਮੇਨ ਕਾਤਲ ਹੈਗਾ ਬਿੱਕਰ ਸਿੰਘ, ਉਹਦੀ ਮਾਤਾ ਜਲੋ ਕੌਰ ਤੇ ਉਹਦਾ ਛੋਟਾ ਭਰਾ, ਮਤਲਬ ਮ੍ਰਿਤਕਾ ਦਾ ਦਿਓਰ, ਮ੍ਰਿਤਕਾ ਦੀ ਸੱਸ ਤੇ ਮ੍ਰਿਤਕਾ ਦਾ ਪਤੀ। ਜੇਕਰ ਮਾਰਿਆ ਬਿੱਕਰ ਸਿੰਘ ਨੇ, ਉਹਨਾਂ ਦਾ ਕਹਿਣਾ ਵੀ ਇਹਨਾਂ ਦੋਵਾਂ ਨੇ ਇਸ ਗੱਲ ਨੂੰ ਇੰਸਟੀਗੇਟ ਕੀਤਾ ਕਿ ਪਹਿਲਾਂ ਵੀ ਉਹਨੂੰ ਭੜਕਾਉਂਦੇ ਰਹਿੰਦੇ ਸੀ ਲੜਾਈ ਝਗੜਾ ਕਰਨ ਵਾਸਤੇ। ਇਹ ਸ਼ੱਕੀ ਕਿਸੇ ਦਾ ਬੰਦਾ ਸੀ, ਆਪਣੀ ਪਤਨੀ ਦੇ ਚਰਿੱਤਰ ਦੇ ਪਹਿਲਾਂ ਤੋਂ ਹੀ ਸ਼ੱਕ ਕਰਦਾ ਰਹਿੰਦਾ ਸੀ, ਜਿਹਦੇ ਕਾਰਨ ਕਰਦੀ ਹੈ। ਸਰ ਕਿਹਦੀ ਕਿਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ? ਘੜੀ ਕੋਈ ਕੁਛ ਗ੍ਰਿਫਤਾਰ ਨਹੀਂ ਹੋ ਸਕਿਆ, ਲੇਕਿਨ ਲਾਡੀਆਂ ਬਣਾਈਆਂ ਗਈਆਂ ਨੇ। ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਛੇਤੀ ਛੇਤੀ ਦੋਸ਼ੀ ਗ੍ਰਿਫਤਾਰ ਕਰ। ਸਰ ਪਤਾ ਲੱਗਿਆ ਵੀ ਜਿਹੜੀ ਔਰਤ ਦਾ ਕਤਲ ਹੋਇਆ ਉਹ ਇੱਕ ਕਰੈਕਟਰਲੈਸ ਸੀਗੀ, ਇਸ ਕਰਕੇ ਇਹ ਕਤਲ ਹੋਇਆ? ਨਹੀਂ ਦੇਖੋ, ਆਪਾਂ ਕਿਸੇ ਦੇ ਕਹਿਣ ਤੇ ਪਤਾ ਲੱਗਿਆ ਤੇ ਕਿਸੇ ਨੂੰ ਚਰਿੱਤਰਵਾਨ ਜਾਂ ਚਰਿੱਤਰਹੀਣ ਨਹੀਂ ਕਹਿ ਸਕਦੇ ਕਿ ਉਹਦੇ ਪਤੀ ਦੀ ਤੁਮਤ ਹੈ। ਜਿਹਦੇ ਬਾਰੇ ਕੋਈ ਪੁਖਤਾ ਸਬੂਤ ਮਿਲੂਗਾ ਜਾਂ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਹੋਣ ਉਪਰੰਤ ਕੋਈ ਐਸਾ ਸਬੂਤ ਪੇਸ਼ ਕਰਨਗੇ, ਫਿਰ ਅਸੀਂ ਉਹਦੇ ਬਾਰੇ ਗੱਲ ਕਹਿ ਸਕਦੇ ਹਾਂ। ਕਿਸੇ ਦੀ ਸ਼ੱਕ ਦੀ ਬਿਨਾਂ ਤੇ, ਕਿਸੇ ਤੁਮਤ ਦੇ ਬਿਨਾਂ ਤੇ ਕਿਸੇ ਦੇ ਚਰਿੱਤਰ ਬਾਰੇ ਕੋਈ ਲਫ਼ਜ਼ ਨਹੀਂ ਕਹਿ ਸਕਦਾ। ਦੂਜੀ ਗੱਲ ਇਹ ਹੈ ਵੀ ਕਿਸੇ ਵਿਅਕਤੀ ਦਾ ਜਿਹੜਾ ਬਾਲਿਗ ਹੈ ਉਹਦਾ ਕਿਸੇ ਵੀ ਜਿਹੜਾ ਹੈਗਾ ਕਿਸੇ ਆਪਣੇ ਵਿਆਹੇ ਹੋਣ ਦੇ ਬਾਵਜੂਦ ਕਿਸੇ ਔਰਤ ਦਾ ਕਿਸੇ ਦੂਸਰੇ ਬੰਦੇ ਦਾ ਸੰਬੰਧ ਹੋਣਾ, ਕਿਸੇ ਦੂਸਰੇ ਬੰਦੇ ਕਿਸੇ ਵਿਆਹੇ ਹੋਏ ਬੰਦੇ ਦਾ ਕਿਸੇ ਔਰਤ ਦਾ ਸੰਬੰਧ ਹੋਣਾ, ਇਸ ਸਜ਼ਾ ਜੋ ਅਪਰਾਧ ਨੀਗਾ ਇਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ। ਉਹਨਾਂ ਨੇ ਕਿਹਾ ਵੀ ਜੇ ਕੋਈ ਪਤੀ ਪਤਨੀ ਆਪਣੇ ਆਪਣੇ ਸਪਾਊਸ ਦੇ ਨਾਲ ਇਮਾਨਦਾਰ ਨਹੀਂ ਹੈਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।